ਤੂੰ ਬਾਦ ਯਾਰਾ ਇਹ ਚੈੱਕ ਕਰੋ ਆਹਾ ਹਾ ਹਾ ਕੀ ਕਮਾਲ ਦੀ ਸ਼ਬੂ ਆ ਰਹੀ ਹੈ ਤਾਜ਼ੀ ਹੈ ਯਾਰ ਲੋ ਐ ਵੇਖੋ ਅਭਾਈ ਸਾਹ ਬਣਿਆ ਵੇਖਦੇ ਆ ਇਹ ਗੁੱਛਾ ਇਹ ਗੁੱਛਾ ਇਹ ਨਾ ਪੂਰੇ ਜਿੰਨੇ ਵੀ ਉਹ ਲੱਗਾ ਇਹ ਨਾ ਮਾਲੀ ਰਹੀਮ ਸੱਲੂ ਪੰਜਾਬੀ ਤਰਫੋਂ ਸੱਲੂ ਪੰਜਾਬੀ ਫੈਮਿਲੀ ਨੂੰ ਅਸਲਾਮੁਅਲੈਕੁਮ ਸਸਰੀਆ ਕਾਨ ਉਮੀਦ ਕਰਨਾਵਾ ਤੁਸੀਂ ਹੈ ਰੌਫੀਅਤ ਦੇ ਨਾਲ ਹੋਗੇ ਐ ਵੇਖੋ ਜਨਾਬ ਕੱਲ ਗਿਆ ਸੀ ਨਾ ਨਰਸਰੀ ਦੇ ਵਿੱਚ ਜਿਆ ਨਾ ਖਜੂਰ ਦੇ ਤੁਹਾਨੂੰ ਦੱਸੰਦਿਆ ਹਨਾ ਖਜੂਰ ਦੇ ਉਹ ਲੈਣ ਗਿਆ ਆਂ ਪੋਦੇ ਉਹ ਖਜੂਰ ਦੇ ਵਾਸਤੇ ਜਿਆ ਨਾ ਪਿਉਂਦਕਾਰੀ ਕਰੀਦੀ ਤੇ ਉਹਦੇ ਵਾਸਤੇ ਜਿਆ ਨਾ ਉਹ ਲੈਣ ਗਿਆ ਆਂ ਫਲ ਜਿਹੜਾ ਹੁੰਦਾ ਐ ਐ ਵੇਖੋ ਲੈਣਦਾ ਭਾਈ ਲੈ ਕੇ ਆਇਆ ਐ ਵੇਖੋ ਇਹ ਜੇ ਐ ਵੇਖੋ ਤੇ ਭਾਈ ਜੀ ਚੜੇ ਆਏ ਠੀਕ ਹੈ ਐ ਵੇਖੋ ਮਾਸ਼ਾਅੱਲ੍ਲ੍ਹਾ ਖਜੂੜਾ ਲੱਗਿਆ ਨੇ ਠੀਕ ਹੈ ਤੇ ਐ ਐ ਚੈੱਕ ਕਰੋ ਐ ਉੱਤੇ ਨਾਲ ਖਿਆਦ ਹੈ ਠੀਕ ਹੈ ਤੇ ਉਹ ਜੇ ਨਾ ਕਟਿੰਗ ਕਰਨ ਦੇ ਨੇ ਪੇ ਤੇ ਪਿਉਣਦਕਾਰੀ ਕਰਨ ਦੇ ਨੇ ਪੇ ਤੇ ਮੈਂ ਕਿਹਾ ਚਲੋ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਵਹਾਈਏ ਕਿ ਜਿਹੜੀਆਂ ਨਾ ਖਜੂੜ ਦੇ ਵਿੱਚ ਕਿੰਜ ਪਿਉਣਦਕਾਰੀ ਹੁੰਦੀ ਹੈ ਤੇ ਐ ਵੇਖੋ ਉਹ ਭਾਈ ਸਾਹਿਬ ਰ ਜੇ ਨਾ ਵੇਚ ਲਾ ਰਹੇ ਨੇ ਠੀਕ ਹੈ ਉਹਦੇ ਵਿੱਚ ਅਟੈਚ ਕਰ ਦਿੰਦੇ ਨੇ ਬਾਈ ਇਸ ਵਿੱਚ ਅਟੈਚ ਕਰ ਦੋਗੇ ਕੇ ਲੈਦਾ ਲੈਦਾ ਕਰਕੇ ਲਗਾਉਗੇ ਅੱਲਾਹ ਜ਼ਾਲਾ ਦਾ ਕਰਕੇ ਲਗਾਓ ਥੋੜਾ ਥੋੜਾ ਕਰਕੇ ਹਾਂ ਸਹੀ ਹੈ ਇਹਦੇ ਵਿੱਚ ਵੇਖੋ ਨਾ ਇਹ ਵੇਖੋ ਇਹ ਇਹ ਛੋਟੇ ਛੋਟੇ ਬੀ ਹੁੰਦੇ ਨੇ ਠੀਕ ਹੈ ਇਹ ਜੇ ਨਾ ਬਕਾਇਦਾ ਜੇ ਨਾ ਉਹਨਾਂ ਲਾਉਂਦੇ ਨੇ ਠੀਕ ਹੈ ਥੋੜੇ ਥੋੜੇ ਕਰਕੇ ਹੋ ਵੇਖੋ ਬਾਈ ਇੱਕ ਮਿੰਟ ਦਿਖਾਣਾ ਇਹ ਵੇਖੋ ਇਹ ਕੋ ਚਿੱਟੇ ਰੰਗ ਦੇ ਨਿਕਲੇ ਆ ਨਾ ਐ ਵੇਖੋ ਇਹ ਜੇ ਇਹ ਹੁਣ ਸਾਰ ਜਿੰਨੀਆਂ ਵੀ ਖਜੂਰਾ ਦੇ ਗੁੱਛੇ ਹੋਣਗੇ ਉਹ ਚ ਥੋੜਾ ਥੋੜਾ ਕਰਕੇ ਲਾਣਗੇ ओके भाई तो मैं कहया चलो अपनी <laughs> अपनी सल्लू पंजाबी फैमिली नु बहाईये ते सही खजूरਾਂ ਦੇ ਵਿੱਚ ਪਯੋੰਦਕਾਰੀ ਕਿੰਜ ਹੁੰਦੀ ਹੈ ਤੇ ਐ ਵੇਖ ਤੇ ਹੁਣ ਐ ਵੇਖੋ ਮਾਸ਼ਾਅੱਲਾ ਐ ਵੇਖੋ ਇਹ ਚਾਰ ਬੂਟੇ ਨੇ ਠੀਕ ਹੈ ਚਾਰਾਂ ਦੇ ਵਿੱਚ ਲਾਦਾ ਨਾ ਲੈ ਕੇ ਜਿਹੜਾ ਨਾ ਲਾਣੀ ਹੈ ਠੀਕ ਹੈ ਚਾਰਾਂ ਦੇ ਵਿੱਚ ਜਿਹੜਾ ਨਾ ਕੇ ਜਿਹੜਾ ਨਾ ਚਾਰ ਉਹਦੇ ਬੂਟੇ ਨੇ ਕੀ ਕਹਿੰਦੇ ਨੇ ਖਜੂਰਾਂ ਦੇ ਤੇ ਚਾਰਾਂ ਦੇ ਵਿੱਚ ਜਿਹੜਾ ਨਾ ਪਯੋੰਦਕਾਰੀ ਹੋਏਗੀ ਠੀਕ ਹੈ ਤੇ ਆ ਤੇ ਅਡੇਸਾ ਨੂੰ ਪੰਜਾਬੀ ਨੇ ਆਪ ਹੀ ਅਲਹੁਦੁਲਲਾ ਆਪਣੇ ਹੱਥਾਂ ਦੇ ਨਾਲ ਹੈ ਜਿਆਣਾ ਗਾਰਡਨ ਬਣਾਇਆ ਹੈ ਅਲਹੁਦੁਲਲਾ ਵੇਖਦੇ ਹੋ ਮਾਸ਼ਾਅੱਲਾ ਡੀਆਂ ਸੋਹਣੀਆਂ ਲੱਗੀਆਂ ਪਿਛਲੇ ਸਾਲ ਵੀ ਬੜੀਆਂ ਸੋਹਣੀਆਂ ਲੱਗੀਆਂ ਹਨ ਤਕਰੀਬਨ ਉਂਗਲ-ਉਂਗਲ ਜਿਡੀਆਂ ਹੋ ਖਜੂੜਾ ਲੱਗੀਆਂ ਹਨ ਪਿਛਲੇ ਸਾਲ ਠੀਕ ਹੈ ਤੇ ਇਹ ਵੇਖੋ ਮਾਸ਼ਾਅੱਲਾ ਅੱਲਾ ਹਾਇਰ ਕਰੇ ਹੁਣ ਵੀ ਇਹ ਸੋਹਣਾ ਫਲ ਲੱਗੇ ਤੇ ਅਲੇ ਆ ਪਹਿਲੇ ਨੂੰ ਲਾ ਰਹੇ ਵੇ ਤੇ ਫਿਰ ਦੂਸੇ ਨੂੰ ਲਾਣੇ ਨੇ ਤੇ ਫਿਰ ਤੀਸੇ ਨੂੰ ਤਿੰਨ ਦੇ ਚਾਰ ਦੇ ਵਿੱਚੋਂ ਤਿੰਨ ਨੂੰ ਫਲ ਲੱਗਾ ਏ ਚੌਥੇ ਨੂੰ ਨਹੀਂ ਲੱਗਾ ਦਾ ਠੀਕ ਹੈ ਇਹ ਵੇਖੋ ਇਹਨੂੰ ਵੀ ਮਾਸ਼ਾਅੱਲਾ ਲੱਗਾ ਦਾ ਇਹ ਵੇਖੋ ਇਹਨੂੰ ਵੀ ਲੱਗਾ ਦਾ ਤੇ ਉਸ ਤੋਂ ਬਾਅਦ ਇਹ ਨੂੰ ਵੇਖੋ ਇਹਨੂੰ ਵੀ ਲੱਗਾ ਦਾ ਫਲ ਇਹਖੋ ਮਾਸ਼ਾਅੱਲਾ ਆ ਵੇਖੋ ਹੁਣ ਬਾਈ ਸਾਹਿਬਾ ਨਾ ਇੱਕ ਜਿਹੜਾ ਨਾ ਪੂਰਾ ਗੁੱਛਾ ਜਾਂ ਗੁੱਛਾ ਬਣਾ ਕੇ ਨਾ ਤੇ ਉਹਨੂੰ ਜਿਹੜਾ ਨਾ ਉਹਦੇ ਵਿੱਚ ਜਾਣਾ ਪਾ ਛੜ ਜਾਣਾ ਠੀਕ ਹੈ ਐਂਜੀ ਬਕਾਇਦਾ ਸਾਰਾ ਸਿਸਟਮ ਹੋ ਵੇਖੋ ਦੂਸਰੇ ਪਾਸੇ ਵੀ ਐਂਜੀ ਜਣਾ ਗੁੱਛੇ ਗੁੱਛੇ ਬਣਾ ਕੇ ਨਾ ਤੇ ਚਾੜਨਦੇ ਨੇ ਪੈ ਠੀਕ ਹੋ ਗਿਆ ਵੇਖੋ ਸਾਰੇ ਮਾਸ਼ਾਅੱਲਾ ਅੱਲਾ ਖੈਰ ਕਰੇ ਸੋਨਾ ਫਲ ਹੈ ਤੇ ਵੀ ਸੋਨਾ ਫਲ ਨਿਕਲੇਗਾ ਵੇਖੋ ਮਾਸ਼ਾਅੱਲਾ ਤੁਹਾਡੇ ਸੱਲੂ ਪੰਜਾਬੀ ਨੇ ਜਨਾਬ ਆਪੀ ਬਣਾਇਆ ਸਾਰਾ ਕੁਝ ਆਪੀ ਕੀ ਤਾਦਾ ਲੋ ਆ ਵੇਖੋ ਆ ਭਾਈ ਸਾਹਿਬ ਰਾਣੇ ਆ ਵੇਖਦੇ ਹੋ ਇਹ ਗੁੱਛਾ ਇਹ ਗੁੱਛਾ ਐ ਜਿੰਨਾ ਪੂਰੇ ਜਿੰਨੇ ਵੀ ਉਹ ਲੱਗਾ ਹੈ ਨਾ ਕੀ ਕਹਿੰਦੇ ਨੇ ਜਿੰਨਾ ਵੀ ਫਲ ਲੱਗਾ ਹੈ ਖਜੂਰ ਦੇ ਉੱਤੇ ਉਹ ਸਾਰੇ ਨਾ ਇੱਕ ਇੱਕ ਗੱਠਲੀ ਬਣਾ ਬਣਾ ਕੇ ਨਾ ਇੱਕ ਇੱਕ ਗੱਠਲੀ ਬਣਾ ਕੇ ਤੇ ਉਹਨਾਂ ਦੇ ਵਿੱਚ ਨਾ ਥੋੜਾ ਹਾਰਾ ਪਾ ਕੇ ਫਿਰ ਬੰਨ੍ਹ ਦੇਗਾ ਤੇ ਫਿਰ ਉਹ ਜਿਆਨਾ ਉਹਦੇ ਨਾਲ ਕਲੋਨਿੰਗ ਹੋਈ ਹੈਗੀ ਕਲੋਨਿੰਗ ਤੋਂ ਬਾਅਦ ਪਿਉਦਕਾਰੀ ਹੋਈ ਹੈਗੀ ਤੇ ਉਹ ਅੱਲਾ ਦੇ ਰਹਿਮਤ ਨਾਲ ਜਿਆਨਾ ਮਾਸ਼ਾਅੱਲਾ ਫਲ ਵਧੇਗਾ ਇਨਸ਼ਾਅੱਲਾ ਲੋ ਜੀ ਆ ਵੇਖੋ ਇੱਕ ਦਾ ਹੋ ਗਿਆ ਜੇ ਅਲhamdulillah ਹੋ ਗਿਆ ਹੁਣ ਬਾਈ ਸਾਬ ਥੱਲੇ ਉਤਰੰਦੇ ਨੇ ਫੇ ਤੇ ਹੁਣ ਦੂਸਰੇ ਦਾ ਸ਼ੁਰੂ ਕਰਨਾ ਹੈ ਇਨਸ਼ਾਅੱਲਾ ਇਹ ਵੇਖੋ ਇਹ ਜੇ ਇਹ ਜਿਹੜੇ ਕਵਰ ਦੇ ਵਿੱਚੋਂ ਨਿਕਲਦੇ ਨਾ ਇਹ ਨਿਕਲਦੇ ਜੇ ਇਹ ਬੀਂ ਅਗੇ ਤੁਹਾਨੂੰ ਵਹਾਈ ਨੇ ਨਾ ਇਹ ਨਿਕਲਦੇ ਜੇ ਬੀਂ ਇਹ ਇੱਕ ਇੱਕ ਜਿਹੜੀ ਹੈ ਨਾ ਇੱਕ ਇੱਕ ਗੁੱਛਾ ਆ ਵੇਖੋ ਇੱਕ ਇੱਕ ਐਂਗ ਦੀ ਲੜੀ ਫਾੜ ਕੇ ਜਾਨਾ ਲਾਉਂਦੇ ਨੇ ਸੁਬਾ ਦਿਰਾ ਇਹ ਚੈੱਕ ਕਰੋ ਆਹ ਹਾ ਹਾ ਕੀ ਕਮਾਲ ਦੀ ਸ਼ੋਭਾ ਆ ਰਹੀ ਹੈ ਤਾਜ਼ੀ ਹੈ ਯਾਰ ਬੜੀ ਕਮਾਲ ਦੀ ਸ਼ੋਭਾ ਹੈ ਜਿਹੜੀ ਪਰਫਿਊਮ ਦੀ ਸ਼ੋਭਾ ਆ ਰਹੀ ਹੁੰਦੀ ਆਹ ਹਾ ਹਾ ਬੜੀ ਸੋਹਣੀ ਸ਼ੋਭਾ ਆ ਰਹੀ ਹੈ ਲੋ ਜੀ ਆ ਭਾਈ ਸਾਹਿਬ ਹੁਣ ਦੂਸਰੇ ਪੌਦੇ ਦੇ ਉੱਤੇ ਚੜ ਕੇ ਰੱਖ ਜੂੜਦੇ ਤੇ ਹੁਣ ਦੂਸਰੇ ਪੌਦੇ ਤੇ ਲਾ ਰਹੇ ਹਾਂ ਬਿਸਮਿਲਲਾ ਲਾ ਦਾ ਨਾਮ ਲੈ ਕੇ ਸ਼ੁਰੂ ਕਰ ਛੜਿਆ ਹੁਣ ਵੇਖੋ ਤਕਰੀਬਨ ਸਮਝ ਲੋ ਘੰਟਾ ਘੰਟਾ ਡੇਢ ਲੱਗ ਜਾਂਦਾ ਇੱਕ ਪੌਦੇ ਦੇ ਉੱਤੇ ਜਿਆਣਾ ਲਾਦਿਆ ਵਕਤ ਕੋਈ ਸਾਨ ਕੰਮ ਨਹੀਂ ਬੜਾ ਔਖਾ ਕੰਮ ਹੈ ਭਾਈ ਜਾਨਾ ਲੋ ਜੀ ਅਲਹਮਦੁਲਿਲਾ ਜਿਆਨਾ ਦੂਸਰਾ ਵੀ ਜਿਆਨਾ ਹੋ ਗਿਆ ਜੇ ਇੱਕ ਦੂਸਰਾ ਵੀ ਜਿਆਨਾ ਹੋ ਗਿਆ ਕੰਪਲੀਟ ਹੁਣ ਤੀਸਰੇ ਤੇ ਲੋ ਜੀ ਆ 23 ਦੇ ਉੱਤੇ ਕਰੰਦੇ ਆ ਫਿਰ ਠੀਕ ਹੈ ਤੇ ਇਹ ਜਿਹੜਾ ਨਾ ਇੱਕ ਦੇ ਉੱਤੇ ਜਿਆਨਾ ਕੋਈ ਨਹੀਂ ਲੱਗਾ ਹੈ ਕੁਝ ਵੀ ਹਲੇ ਤੇ ਐਂਦੀ ਜ਼ਰੂਰਤ ਨਹੀਂ ਹੈ ਹੁਣ ਬਸ ਇਹ ਕੋਈ ਛੋਟਾ ਹੜਾ ਰਹਿ ਗਿਆ ਇੱਕ ਹੋਰ ਖੋਲਣਾ ਪੜੇਗਾ ਪੇਗਾ ਜਿਵੇਂ ਹੁਣ ਤੀਸਰਾ ਹੈ ਆਏ ਤੇ ਜਿਆਨਾ ਕਰਨਾ ਹੈ ਇਨਸ਼ਾਅੱਲਾ ਲੋ ਜੀ ਅਲਹਮਦੁਲਿਲਾ ਜਿਆਨਾ ਜਨਾਬ ਤੀਸਰਾ ਵੀ ਪੋਦਾ ਹੋ ਗਿਆ ਠੀਕ ਹੈ ਹੁਣ ਕੰਮ ਮੁੱਕ ਗਿਆ ਵੇ ਚਲੋ ਜੀ ਅਲਹਮਦੁਲਿਲਾ ਕੰਮ ਮੁੱਕ ਗਿਆ ਵੇ ਹਾਂਜੀ ਅਲਹਮਦੁਲਿਲਾ ਹੁਣ ਜਿਆਨਾ ਸਾਰੇ ਖਜੂਰਾ ਨੂੰ ਜਿਆਨਾ ਆਲਰੇਡੀ ਜਿਆਨਾ ਉਹ ਲਾਸ਼ੜੀਆ ਪੀਉਂਤਕਾਰੀ ਕੱਟ ਛੜੀ ਏ ਠੀਕ ਹੈ ਐਸ ਅਜ ਮੈਂ ਕਿਹਾ ਚਲੋ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਿਆਨਾ ਜਿਹੜਾ ਥੋੜਾ ਹਰਾ ਜਿਆਨਾ ਨਜ਼ਰ ਵਹਾਹ ਛੜੀਏ ਹੋਰ ਦਵ ਸੱਲੂ ਪੰਜਾਬੀ ਨੂੰ ਇਜਾਜ਼ਤ ਤੇ ਮੈਂ ਯਾਰਾ ਐ ਜੇ ਛੋਟੀਆਂ ਮੋਟੀਆਂ ਚੀਜ਼ਾਂ ਵੀ ਜਿਹੜੀਆਂ ਨੇ ਨਾ ਉਹ ਵੀ ਕਲੀਅਰ ਮੈਂ ਕਿਹਾ ਚਲੋ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਾਇਨਾ ਥੋੜੀ ਮੁਰਤੀ ਜਿਹੜੀਆਂ ਨਾ ਚੀਜ਼ਾਂ ਵਹਾਂ ਦਾ ਰਵਾਂ ਠੀਕ ਹੈ ਕਿ ਇੰਜੇ ਨਾਲ ਕੰਸਿਸਟੈਂਸੀ ਚੱਲਦੀ ਰਹੇ ਠੀਕ ਹੈ ਤੇ ਹੁਣ ਦਵੋ ਮੈਨੂੰ ਇਜਾਜ਼ਤ ਖੁਸ਼ ਰਹੋ ਹੱਸਦੇ ਵਾਸਤੇ ਰਹੋ ਅੱਲਾਹ ਪਾਕ ਤੁਹਾਡੇ ਤੇ ਰਹਿਮਤ ਕਰੇ ਮੇਰੇ ਤੇ ਰਹਿਮਤ ਕਰੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਮੈਂ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਹੋਰ ਅੱਗੇ ਵਧਾ ਸਕਾਂ ਹੋਰ ਸਾਬ ਜਿਆਦਾ ਦੁਬਈ ਦੇ ਬਾਰੇ ਲੋ ਹੋਰ ਕੋਈ ਰੋਜ਼ ਬਿਨਾਂ ਦੀ ਜ਼ਿੰਦਗੀ ਦੇ ਬਾਰੇ ਹੋ ਸਕਾਂ ਪਾਕਿਸਤਾਨ ਜ਼ਿੰਦਾਬਾਦ